कुछ देखे नहीं, कोई कोई काम करिए नहीं, दिमाग जाए कि कुछ बखरा कंसैप्ट लै के मैं अपने इधर इधर कुछ हैगा नहीं सी। फिर अं सोचे अं दो पार्ट करें, फिर अं दोवे ने सारा डिजाइन किया। खुद डिजाइन डिजाइन किए हाँ जी, सारा पंच फुट आप डिजाइन किया। क्योंकि गेट शुरू तो हो गए, खीर तक जाओ तो जेल की फीलिंग है। हाँ जी, हाँ एक प्रॉपर फील ही हो जाती है, मतलब जरा कि आवे उन्हें प्रॉपर फील है, आवे कस्टमर फन करे प्रॉपर। हाँ जरा मकसद बाकी फूड क्वालिटी भी हटी एवन है, बढ़िया है सारा कुछ। हाँ जी, कुछ काला पानी टाइप है ने, जिदा पुरानी जेलां सी उस टाइप की सारी, पर मतलब कि जेल की देख रेख की कोशिश की है, हर कोई आवे तो मतलब एक वक्रा थीम इंजॉय करे। प्रॉपर असी थीम पर ना फोकस किया कि हर एक आके प्रॉपर फील आवे, वो भी जो अपन जेल से खाना खाने ज्यादातर यूथ आता वो मतलब कि खाना खान के जा फिर अपने हैंडकप्स नाल अपने जेलर नाल कैदियों ने फोटोज वगैरह करवाते हैं। अजकल तुम्हें पता सोशल मीडिया का जमाना, हर कोई अपने चाहते अपलोड करते अपने फन करते। हाँ जी, अगे फ्यूचर से डे सोचने कुछ होर भी इदा का लियाइए। ਵਧੀਆ ਲੱਗਾ, ਮੈਂ ਮੋਸਟਲੀ ਆਈਦਾ ਵਾ ਜਦੋਂ ਇੱਥੇ ਲਾਈਵ ਸਿੰਗਿੰਗ ਦਾ ਹਫ਼ਤੇ ਬਾਅਦ ਹੋ ਗਿਆ ਮੁੰਡਾ, ਹਰ ਹਫ਼ਤੇ ਉਦੋਂ ਆਈਦਾ ਹੀ ਆਈਦਾ, ਬਹੁਤ ਵਧੀਆ ਆਪਣੇ ਲੋਕਲ ਹੀ ਆ, ਸਭ ਤੋਂ ਵਧੀਆ ਲੋਕਲ 'ਚ ਸਭ ਤੋਂ ਵਧੀਆ ਇੱਕ ਥੀਮ ਬੜਾ ਵੱਖਰਾ ਜਿਹਾ, ਉਹ ਵੀ ਲੋਕਾਂ ਨੂੰ ਜ਼ਿਆਦਾ ਅਟਰੈਕਟ ਕਰਦਾ ਜੇ ਥੀਮ, ਉਹਦੇ ਕਰਕੇ ਵੀ ਥੋੜ੍ਹੇ ਜੋ ਵੀ ਹਾਈਵੇ ਦੇ ਕਸਟਮਰ ਆ ਜੋ ਔਨਲਾਈਨ ਇਹਨਾਂ ਦੀ ਹੈ ਨਾ ਜਿਹੜੀ ਐਡ ਹੁੰਦੀ ਆ, ਉਹਦੇ ਕਰਕੇ ਹਾਈਵੇ ਦਾ ਕਸਟਮਰ ਬੜਾ ਪੈਂਦਾ, ਅਲੱਗ ਥੀਮ ਕਰਕੇ ਪੈਂਦਾ ਜਿਹਨੂੰ ਫੋਲੋ ਕਰਦੇ ਆ ਥੀਮ ਪੂਰਾ ਹੈ। ਜਦੋਂ ਜੇ ਨਵਾਂ ਨਵਾਂ ਸੀਗਾ ਨਾ ਉਦੋਂ ਲੋਕ ਬੜੇ ਵੇਖਣੀ ਆਉਂਦੇ, ਜਦੋਂ ਇਹ ਅਜੇ ਤਿਆਰ ਵੀ ਨਹੀਂ ਹੋਇਆ ਤੇ ਇਹਦੀ ਐਡ ਊਡ ਵੇਖਦੇ ਹਾਂ, ਜਿੱਦਾਂ ਇੰਸਟਾਗ੍ਰਾਮ 'ਤੇ ਸਟੋਰੀਆਂ, ਓਪਨਿੰਗ ਤੋਂ ਪਹਿਲਾਂ ਵੀ ਲੋਕ ਇੱਥੇ ਆਉਂਦੇ ਹੁੰਦੇ ਆ ਥੀਮ ਕਰਕੇ। ਤੁਸੀਂ? ਹਾਂਜੀ, ਕੋਈ ਵੀਕਲੀ ਦੋ ਵਾਰੀ ਲਾ ਲਓ, ਮੋਸਟਲੀ ਦੋ ਵਾਰੀ। ਹਾਂ, ਬੱਚੇ ਬੱਚਿਆਂ ਨੂੰ ਹੁੰਦਾ ਥੋੜ੍ਹਾ। ਇੰਨੀ ਵਧੀਆ ਸਰ, ਇੱਕ ਵੱਖਰਾ ਪੇਸ਼ ਕੀਤਾ ਇਹਨਾਂ ਨੇ, ਜਿੱਦਾਂ ਤੁਸੀਂ ਲੋਕੇਸ਼ਨ ਆਲਾ ਦੁਆਲਾ ਵੇਖ ਸਕਦੇ, ਪੇਂਟਿੰਗ ਵਗੈਰਾ ਜਿੱਦਾਂ ਇਹਨਾਂ ਨੇ ਕੈਬਨ ਬਣਾਏ ਜੇਲਰ ਵਾਲੇ, ਵੱਖਰੀ ਚੀਜ਼ ਹੈ ਬਟ ਵਧੀਆ ਲੱਗਦਾ ਕਿ ਇਹੋ ਜਿਹਾ ਲਾਗੇ ਜਾ ਕੇ ਐਪ ਵੀ ਹੈ ਜਿੱਦਾਂ ਤਿਆਰ ਹੁੰਦਾ। ਜੀ ਜੀ, ਆਕਰਸ਼ਿਤ ਕਰਦਾ ਵਾ ਕੋਈ ਨਾ ਕੋਈ, ਜਿੱਦਾਂ ਦੇਖੋ ਤੁਸੀਂ ਸਭ ਤੋਂ ਵੱਖਰਾ ਹੈ ਜਿਹੜਾ ਵੀ ਹੁੰਦਾ, ਨਵੀਂ ਚੀਜ਼ ਦੇਖਦਾ ਟਰਾਈ ਕਰਦਾ, ਬਾਕੀ ਟੇਸਟ ਵਗੈਰਾ ਬਹੁਤ ਵਧੀਆ। ਅਸੀਂ ਤਾਂ ਹਫ਼ਤੇ 'ਚ ਇੱਕ ਦੋ ਵਾਰੀ ਆ ਹੀ ਜਾਂਦੇ ਹਾਂ, ਸਾਡੇ ਲਾਗੇ ਹੀ ਆ, ਲੋਕਲ ਹੀ ਪੈ ਜਾਂਦਾ, ਬਹੁਤ ਵਧੀਆ ਟੇਸਟ ਵੀ ਖਾਣਾ ਵੀ। ਹਫ਼ਤੇ 'ਚ ਇੱਕ ਅੱਧੀ ਵਾਰੀ ਅਸੀਂ ਡੇਲੀ ਇੱਦਾਂ ਮਿਲਦੀ ਹੈ। ਤੁਹਾਡੀ ਗੱਲ ਸਹੀ ਹੈ, ਫੀਲਿੰਗ ਵੱਖਰੀ ਹੈ ਬਟ ਠੀਕ ਲੱਗਦਾ, ਵਧੀਆ ਲੱਗਦਾ।